ਤੁਹਾਨੂੰ ਇੱਕ ਹਾਲ ਦਿਖਾ ਰਿਹਾ ਬਾਈ ਬਾਈ ਕਿਹੜੀ ਕੰਪਨੀ ਦਾ ਹਾਲ ਹੈ ਆਪਣਾ ਇਹ ਜੀ ਜੌਂਡੀਅਰ ਦਾ ਵੀਰੇ ਇਹ ਹੈ ਜੀ ਜੌਂਡੀਅਰ ਦਾ ਹਾਲ ਪਹਿਲਾਂ ਤੁਹਾਨੂੰ ਹਾਲ ਆਪਾਂ ਪ੍ਰੋਪਰ ਤਰੀਕੇ ਨਾਲ ਦਿਖਾ ਦਈਏ ਹਨਾ ਵੱਡੀ ਗੱਲ ਤਾਂ ਇਹ ਹੈ ਫਿਰ ਤੁਹਾਨੂੰ ਉਹਦੇ ਬਾਰੇ ਆ ਆਪਾਂ ਦੱਸਾਂਗੇ ਆਪਾਂ ਨੂੰ ਕੋਈ ਇਹ ਕਿਸੇ ਕੰਪਨੀ ਦਾ ਨਹੀਂ ਕਿਹਾ ਹੋਇਆ ਵੀ ਤੁਸੀਂ ਸਾਡੀ ਕੰਪਨੀ ਬਾਰੇ ਕੋਈ ਰਿਵਿਊ ਪਾਉਣਾ ਹੈ ਜਾਂ ਨਾ ਆਪਾਂ ਕਿਸੇ ਤੋਂ ਕੰਪਨੀ ਨਾਲ ਤੋਂ ਰੁਪਈਆ ਲਿਆ ਵੀ ਅਸੀਂ ਤੁਹਾਡੀ ਕੰਪਨੀ ਬਾਰੇ ਦੱਸਾਂਗੇ ਤੇ ਇੱਧਰ ਟਰੈਕਟਰ ਕਿਹੜਾ ਖੜਾ ਬਾਈ ਇਹ ਇਹ ਸਵਰਾਜ 855 ਇਹ ਹੈ ਜੀ 55 ਤੇ ਇੱਕ ਇਹ ਦੱਸੋ ਗੁਰਵਿੰਦਰ ਜੀ ਕਿਹੜੀ ਕਿਹੜੇ ਟਰੈਕਟਰ ਮਗਰ ਪਾ ਕੇ ਇਹ ਵਾਹਿਆ ਤੁਸੀਂ ਨੇ ਆਪਾਂ ਨੇ ਤਾਂ ਬਈ ਨਾਟਕ ਦਾ ਮਗਰ ਵੀ ਵਾਹਿਆ ਨਾਟਕ ਦਾ ਮਗਰ ਤੇ ਕਿਵੇਂ 55 ਮਗਰ ਵੀ ਵਾਹਿਆ 55 ਮਗਰ ਰਿਸਪੌਂਸ ਕਿਵੇਂ ਰਿਹਾ ਇਹਦਾ ਰਿਸਪੌਂਸ ਬਹੁਤ ਵਧੀਆ ਹੈ ਠੀਕ ਹੈ ਇਹ ਜੀ ਲਿਆਉਣ ਲੱਗੇ ਆਪਣਾ ਇੱਕ ਮਿੱਤਰ ਮੁੰਡਾ ਦੀਪ ਇਹ 10-12 ਹਜ਼ਾਰ ਤੋਂ ਸਟਾਰਟ ਹੋ ਜਾਂਦੇ ਨੇ ਲੈਣੇ ਤਾਂ 10-12 ਹਜ਼ਾਰ 10-12 ਹਜ਼ਾਰ 12-1 ਹਜ਼ਾਰ ਰੁਪਏ ਤੋਂ ਠੀਕ ਹੈ ਪਰ ਇਹ ਆਇਆ ਆਪਣਾ ਕੀਮਤ ਵੀ ਦੱਸ ਦਿੰਦੇ ਆਪਾਂ 26 ਹਜ਼ਾਰ ਦਾ ਆਇਆ ਇਹ 26 ਹਜ਼ਾਰ ਦਾ ਵੀ ਤਾਂ ਡਬਲ ਕੀਮਤ ਦਾ ਕਾਰਨ ਇਹ ਹੈ ਇਹਦੀ ਕੁਆਲਿਟੀ ਇੰਨੀ ਸੋਹਣੀ ਬਨਾਵਟ ਬਣਾਈ ਹੈ ਬਈ ਕੰਪਨੀ ਨੇ ਜਿਹਨੂੰ ਆਪਾਂ 735 ਟਰੈਕਟਰ ਮੰਗਰ ਵੀ ਪਾ ਲਏ ਹਰੇ ਸਵਰਾਜ ਮੰਗਰ ਵੀ ਪਾ ਲਏ ਨਾ ਹਾਂ ਉਹ ਮੈਨੂੰ ਆਰਾਮ ਨਾਲ ਨਹੀਂ ਫਿਰੀ ਜਾਊਗਾ ਠੀਕ ਹੈ ਬਹੁਤ ਜ਼ਿਆਦਾ ਘੱਟ ਖਰਚਾ ਆਹ ਦੇਖ ਹੁਣ ਕਿੱਥੇ ਤੱਕ ਲੱਗਿਆ ਹੋਇਆ ਆਪਣੇ ਦੇ ਨਾਟਕ ਗਰਾ ਮੰਗਰ ਇੱਧਰ ਦੀ ਦਿਖਾ ਦੀਆਂ ਕਿ ਹਾਂ 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 ਆਹ ਦੇਖ ਸਿਰੇ ਲਾਇਆ ਹੋਇਆ ਜਮਾ ਜਿੰਨਾ ਹੈਗਾ ਇਹ ਆ ਸੀ ਹਾਂ ਹਾਂ ਜਮਾ ਬਹੁਤ ਘੱਟ ਖਰਚੇ ਤੇ ਹਨ ਟਰੈਕਟਰ ਖਾਲੀ ਵਾਂਗੂ ਫਿਰੀ ਜਾਂਦਾ ਇੰਨੀ ਬਨਾਵਟ ਦਾ ਫਰਕ ਹੈ ਅਸਰ ਹੈ ਤੇ ਇੱਥੇ ਗੁਰਵਿੰਦਰ ਕੀ ਲੱਗਦਾ ਜੀ ਫਾਇਦਾ ਕਿੰਨਾ ਕੁ ਲੱਗਦਾ ਜੇ ਆਪਾਂ ਆਮ ਦੇਸੀ ਭਾਸ਼ਾ ਦੇ ਦੇਖੀਏ ਇਹਦਾ ਵਧੀਆ ਬਈ ਇਹਦਾ ਜਿਹੜੇ ਬਹਣ ਪਾਣੀ ਕਣਕ ਘੱਟ ਖਾਂਦੇ ਕਈਆਂ ਦੀ ਹਨਾ ਜਾਂ ਆਪਣੀ ਸ਼ੈਡਾਂ ਤੇ ਕਣਕ ਨੀਵੇਂ ਕਰਕੇ ਮਰ ਨਹੀਂ ਜਾਂਦੀ ਕਈ ਵਾਰੀ ਸ਼ੈਡਾਂ ਨੀਵੇਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਇਹ ਉੱਥੇ ਕਾਮਯਾਬ ਹੈ ਠੀਕ ਹੈ ਇਹਦੇ ਨਾਲ ਪਾਣੀ ਚ ਕਣਕ ਚ ਖੜਦਾ ਨਹੀਂ ਠੀਕ ਹੈ ਫਿਰ ਉਹ ਪਾਣੀ ਭਰ ਕੇ ਲੱਗ ਜਾਂਦਾ ਜਾਂ ਉੱਤੇ ਮੀਂਹ ਪੈ ਜਾਂਦਾ ਰਮੀ ਹੋਈ ਤੇ ਉਹ ਗੁਰਵਿੰਦਰ ਇੱਕ ਹੋਰ ਗੱਲ ਹੈ ਦੇਸੀ ਜੇ ਆਪਾਂ ਕਹੀਏ ਇਹ ਸੁਸਾਇਟੀਆਂ ਚ ਵੀ ਜ਼ਿਆਦਾਤਰ ਹੈਗੇ ਨੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਯਾਰ ਇਹ ਤੇ ਆਪਾਂ 25-26 ਹਜ਼ਾਰ ਰੁਪਏ ਵੱਧ ਪੈਸੇ ਲਾਉਣ ਨਾਲੋਂ ਵੀ ਕਿਤੇ ਸੁਸਾਇਟੀ ਚ ਕਿਰਾਏ ਭਾੜੇ ਤੇ ਲੈ ਲਏ ਤੇ ਨਾ ਪੈਸੇ ਲਾਵੇ ਜੇ ਬੰਦਾ ਯਾਰ ਐ ਹੁਣ ਆਪਾਂ ਲੈਤੇ ਹੈ ਬਈ 4-5 ਜਣੇ ਆਪਾਂ ਮਲਾਜੀਦਾਰ ਆਪਣੇ ਮਿੱਤਰਾਂ ਦੋਸਤਾਂ ਨੇ ਲੈਤੇ ਇਕੱਠੇ ਹੋ ਕੇ ਠੀਕ ਹੈ ਇਹ ਚ ਆਪਾਂ ਨੂੰ ਦੇਖੋ ਕੋਈ ਐਡਾ ਬਾਲਾ ਹੋ ਵੀ ਨਹੀਂ ਆਈ ਵੀ ਆਪਣੇ ਕੋਈ ਪੈਸੇ ਵਾਲੇ ਲੱਗ ਗਏ ਠੀਕ ਹੈ ਹੁਣ ਆਪਦਾ ਖੜਿਆ ਰਾਤ ਹੈ ਹੁਣ ਦੇਖੋ 9-8 ਵਜੇ ਪਏ ਨੇਗੇ ਹਾਂ ਹੁਣ ਸਟੈਟਰ ਕੱਢ ਕੇ ਆ ਪਾ ਕੇ ਲੈ ਹੁਣ ਆਪਦਾ ਜਦੋਂ ਜੀ ਕਰਦਾ ਫੇਰ ਲੈਨੇ ਆ ਚਲੋ ਇਹ ਕੀ ਹੁੰਦਾ ਵੀ ਤੁਸੀਂ ਕੋਈ ਕਮਾਈ ਵਾਸਤੇ ਲਿਆ ਨਹੀਂ ਵੀ ਕਿਰਾਇਆ ਲਾਉਣਾ ਨਾ ਕਿਰਾਇਆ ਨਹੀਂ ਆਪਾਂ ਤਾਂ ਆਪਦੇ ਵਾਹਣ ਚ ਹੀ ਫੇਰ ਆਪਦੇ ਵਾਹਣ ਵਾਸਤੇ ਠੀਕ ਹੈ ਸੋ ਬਾਈ ਆ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਇਹ ਚੀਜ਼ ਜਿਵੇਂ ਬਾਈ ਨੇ ਦੱਸਿਆ ਇਹ ਜੌਂਡੀਅਰ ਕੰਪਨੀ ਦਾ ਬਣਿਆ ਹੋਇਆ ਸਾਰਾ ਤੇ ਸਾਨੂੰ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਤੇ ਰਿਵਿਊ ਪਾਉਣਾ ਜਾਂ ਹੋਰ ਸਾਨੂੰ ਅੱਜ ਖੇਤ ਉਹ ਆ ਰਿਹਾ ਆਪਣਾ ਟਰੈਕਟਰ ਚੱਲਦਾ ਦੇਖਦੀ ਬਾਈ ਨੇ ਹਾਂ ਟਰੈਕਟਰ ਚੱਲ ਰਿਹਾ 9-11 ਮਗਰ ਤੇ 18 ਦਾ ਸੈੱਟ ਪਾਇਆ ਹੋਇਆ ਸੀ 18 ਸੈੱਟ ਤਵੀਆਂ ਦਾ ਤਵੀਆਂ ਦਾ 18 ਸੈੱਟ ਸੀ ਤੇ ਬੰਦਾ ਹੋਰ ਕੀ ਲੱਗਦੀ ਹੈ ਵੀ ਜੇ ਕੋਈ ਇੱਤੇ ਤੋਂ ਕੋਈ ਸਲਾਹ ਲੈਣੇ ਕਿਸੇ ਨੇ ਲਿਆਉਣ ਦਾ ਫਾਇਦਾ ਹੈਗਾ ਲਿਆਵੇ ਜਾਂ ਕਿਰਾਏ ਭਾੜੇ ਤੇ ਕੋਈ 5-4 ਮਿੱਤਰ ਰਲ ਕੇ ਲਿਆਉਣ ਥੋੜੀ ਕੀ ਸਲਾਹ ਹੈ ਰਲ ਕੇ ਲਿਆਉਣ ਤਾਂ ਜ਼ਿਆਦਾ ਵਧੀਆ ਵੀ ਚੱਲ ਜਿੰਨਾ ਦਾ ਵੱਡਾ ਕੰਮ ਉਹ ਕੱਲਾ ਵੀ ਲਿਆ ਸਕਦਾ ਬੰਦਾ ਠੀਕ ਹੈ ਐਸੀ ਚੀਜ਼ ਵਧੀਆ ਅਸੀਂ ਪਹਿਲਾਂ ਹੀ ਫੇਰਦੇ ਰਹਿਣੇ ਆ ਠੀਕ ਹੈ ਇਹਦੇ ਨਾਲ ਪਾਣੀ ਕਣਕ 'ਚ ਨਹੀਂ ਖੜਦਾ ਕਿਤੇ ਵੀ ਕਣਕ ਮਰਦੀ ਨਹੀਂ ਆਪਣੀ ਸਾਈਡਾਂ ਤੋਂ ਠੀਕ ਹੈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਕੋਈ ਇਹ ਜ਼ਰੂਰੀ ਵੀ ਨਹੀਂ ਹੈਗਾ ਬਾਈ ਵੀ ਤੁਸੀਂ ਕੋਈ ਜੋ ਵੱਡੇ ਟਰੈਕਟਰ ਮਗਰੇ ਪਾਉਣੇ ਕਹਿੰਦੇ 700 ਇਹਨੂੰ ਛੋਟਾ ਟਰੈਕਟਰ ਵੀ ਖਿੱਚ ਲੂਗਾ ਮੇਨ ਗੱਲ ਇਹ ਹੈ ਠੀਕ ਹੈ 735 25 11 35 11 ਠੀਕ ਹੈ ਸਾਰੇ ਖਿੱਚ ਲੈਣਗੇ ਵੱਡਿਆਂ ਤਾਂ ਖਿੱਚਣੀ ਖਿੱਚਣਾ ਉਹਦਾ ਕੋਈ ਮਤਲਬ ਹੀ ਨਹੀਂ ਠੀਕ ਹੈ ਸੋ ਜ਼ਰੂਰ ਬਾਈ ਤੁਸੀਂ ਜੇ ਕੋਈ ਲੋੜ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂ ਜਿਹੜਾ ਨੀਚੇ ਹਾਲ ਬਣਿਆ ਹੋਇਆ ਉਹ ਨਾਲ ਤੇ ਆ ਗੁੱਲੇ ਪੈਣ ਵਾਸਤੇ ਨੇ ਡਰਾਵਾਲ ਪੈਣ ਵਾਸਤੇ ਨੇ ਜੇ ਤੁਸੀਂ ਲਿਆਉਣਾ ਤਾਂ ਇਹ ਬਹੁਤ ਚੰਗੇ ਤਰੀਕੇ ਨਾਲ ਚੰਗੀ ਚੀਜ਼ ਹੈ ਕਿ ਤੁਹਾਡਾ ਜਿਹੜਾ ਵਾਹਣ ਹੈ ਉਹ ਪਾਣੀ ਘੱਟ ਖਾਂਦੇ ਨੂੰ ਫੇਰ ਦੋ ਤਰੀਕੇ ਨਾਲ ਸਲਾਹ ਵਾੜੀ ਲੈਣੀ ਹੈ ਉਹ ਕੰਪਨੀਆਂ ਵਾਧੂ ਜਿਹੜੀਆਂ ਕਹਿੰਦੇ ਨੇ ਮੇਲਿਆਂ ਤੇ ਸਭ ਜਾਣਕਾਰੀ ਦਿੰਦੀਆਂ ਨੇ ਤਾਂ ਇਹ ਚੰਗੀ ਚੀਜ਼ ਹੈ ਜੇ ਤੁਸੀਂ ਲਿਆਉਣੀਆਂ ਨੇ ਇਕੱਠੇ ਹੋ ਕੇ ਲਿਆਓ ਫਸਲ ਵਧੀਆ ਹੁੰਦੀ ਹੈ ਸੋ ਸਾਡਾ ਅਸੀਂ ਕਿਸੇ ਕੰਪਨੀ ਵੱਲੋਂ ਨਹੀਂ ਅਸੀਂ ਕਿਸੇ ਦੀ ਮਸ਼ਹੂਰੀ ਨਹੀਂ ਕਰ ਰਹੇ ਸਿਰਫ ਇਹ ਹੈ ਜੇ ਕਿਸ ਨੂੰ ਲੋੜ ਹੈ ਇਸ ਤਰ੍ਹਾਂ ਦੇ ਹਾਲ ਜੇ ਤੁਹਾਨੂੰ ਕੋਈ ਵਧੀਆ ਹੋਰ ਕੰਪਨੀ ਲੱਗਦੇ ਹੋ ਲਿਆਓ ਪਰ ਜਿਹੜੀ ਸਾਡੀ ਵਰਤੀ ਹੋਈ ਅਸੀਂ ਫੇਰੇ ਉਹ ਆ ਬਹੁਤ ਵਧੀਆ ਸਾਨੂੰ ਹਾਲ ਲੱਗਿਆ ਧੰਨਵਾਦ ਜੀ।